ਪੰਜਾਬ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 77। ਹੁਣ ਤੱਕ ਸੂਬੇ ਭਰ 'ਚ ਹੋ ਚੁੱਕੀ ਹੈ ਕੋਰੋਨਾ ਨਾਲ 8 ਲੋਕਾਂ ਦੀ ਮੌਤ। ਉੱਧਰ ਮੋਹਾਲੀ 'ਚ 81 ਸਾਲਾਂ ਦੀ ਮਹਿਲਾ ਨੇ ਜਿੱਤੀ ਹੈ ਕੋਰੋਨਾ ਤੋਂ ਜੰਗ। ਭਾਰਤ 'ਚ ਵੀ ਕੋਰੋਨਾ ਨੇ ਫੜੀ ਰਫ਼ਤਾਰ, ਮਰੀਜ਼ਾਂ ਦੀ ਗਿਣਤੀ ਹੋਈ 4000 ਤੋਂ ਪਾਰ, ਜਦਕਿ 109 ਲੋਕਾਂ ਦੀ ਹੋ ਚੁੱਕੀ ਹੈ ਮੌਤ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਖਿਲਾਫ਼ ਲੜਾਈ ਦੇ ਲੰਬੀ ਚੱਲਣ ਦੇ ਅੱਜ ਦਿੱਤੇ ਸੰਕੇਤ। ਕਿਹਾ, ਨਾ ਅੱਕਣਾ ਨਾ ਥੱਕਣਾ, ਬਲਕਿ ਕੋਰੋਨਾ ਖਿਲਾਫ਼ ਹੈ ਲੜਨਾ। ਕੋਰੋਨਾ ਸੰਕਟ ਖਿਲਾਫ਼ ਲੜਨ ਲਈ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਸਣੇ ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ 30% ਤਨਖਾਹ 'ਚ ਕਟੌਤੀ ਕਰਨ ਦਾ ਵੀ ਲਿਆ ਹੈ ਅੱਜ ਵੱਡਾ ਫੈਸਲਾ। ਉਸੇ ਦਿਨ ਮੇਂ ਮਹਾਪ੍ਰਕਾਸ਼ ਨੇ ਦੇਸ਼ ਵਾਸੀਓਂ ਕੋ ਲੰਬੀ ਲੜਾਈ ਕੇ ਲਈ ਤਿਆਰ ਕੀਆ ਹੈ। ਔਰ ਮੈਂ ਸਮਝਦਾਰੀ ਕੇ ਸਾਥ ਕਹਿਤਾ ਹੂੰ, ਯੇ ਲੰਬੀ ਲੜਾਈ ਹੈ, ਨਾ ਥਕਣਾ ਹੈ ਨਾ ਹਾਰਨਾ ਹੈ, ਲੰਬੀ ਲੜਾਈ ਕੇ ਬਾਵਜੂਦ ਵੀ ਜੀਤਣਾ ਹੈ। ਪੰਜਾਬ 'ਚ ਲੰਘੀ ਰਾਤ ਹੋਈ ਬਾਰਿਸ਼ ਤੇ ਗੜੇਮਾਰੀ ਨੇ ਝੰਬੇ ਸੂਬੇ ਦੇ ਕਿਸਾਨ। ਕਣਕ ਦੇ ਨਾਲ ਨਾਲ ਸਬਜ਼ੀਆਂ ਦੀਆਂ ਫਸਲਾਂ ਦਾ ਵੀ ਹੋਇਆ ਹੈ ਵੱਡਾ ਨੁਕਸਾਨ। ਤਰਨ ਤਾਰਨ 'ਚ 15 ਪਿੰਡਾਂ ਦੇ ਕਿਸਾਨਾਂ ਨੇ ਮੰਗਿਆ ਸਰਕਾਰ ਕੋਲੋਂ ਮੁਆਵਜ਼ਾ। ਇਹਨਾਂ ਨੇ ਵੱਟਿਆ, ਜੇ ਕੋਈ ਨਹੀਂ ਹੁਣ ਜੇ ਤਿਆਰ ਹੋਣ ਲੱਗੀ ਸਬਜ਼ੀ, ਅਤੇ ਹੁਣ ਇਹ ਬਹੁਤ ਵੱਡਾ ਨੁਕਸਾਨ ਹੋ ਗਿਆ ਵਾ। ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਰਦਾਸ ਹੀ ਕਰਦੇ ਹਾਂ ਵੀ ਇਹਨਾਂ ਦਾ ਕੁਛ ਨਾ ਕੁਛ ਕੀਤਾ ਜਾਵੇ। ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਸੁਰਖੀਆਂ 'ਚ ਆਏ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਬਾਰੇ ਕਾਂਗਰਸੀ MP ਗੁਰਜੀਤ ਸਿੰਘ ਔਜਲਾ ਦਾ ਵੀ ਵੱਡਾ ਬਿਆਨ ਆਇਆ ਸਾਹਮਣੇ। ਮੌਜੂਦਾ ਹਾਲਾਤਾਂ ਲਈ ਹਸਪਤਾਲ 'ਚ ਕਮੀਆਂ ਹੋਣ ਦੀ ਮੰਨੀ ਗੁਰਜੀਤ ਔਜਲਾ ਨੇ ਗੱਲ। ਹਸਪਤਾਲ ਦੇ ਸਟਾਫ ਨਾਲ ਵੀ ਪ੍ਰਬੰਧਾਂ ਸੰਬੰਧੀ ਕੀਤੀ ਗੁਰਜੀਤ ਔਜਲਾ ਨੇ ਵਿਸ਼ੇਸ਼ ਮੀਟਿੰਗ। ਦੇਖੋ, ਕਮੀ ਹੋਵੇ ਤੇ ਅਗਰ ਰੌਲਾ ਪੈਂਦਾ, ਅਦਰਵਾਈਜ਼ ਕਮੀ ਤੋਂ ਬਗੈਰ ਤਾਂ ਨਹੀਂ ਪੈਂਦਾ। ਇਹ ਤਾਂ ਮੈਂ ਦੇਖੋ ਮੰਨਣਾ, ਮੇਰੇ ਨਾ ਮੰਨਣਾ ਕਿ ਉਹ ਕਮੀ ਦੂਰ ਹੋ ਜਾਏਗੀ, ਜਿਹੜਾ ਸੱਚਾਈ ਉਹਨੂੰ ਕਿੱਦਾਂ ਮੁੱਕਰ ਸਕਦਾ। ਪਾਕਿਸਤਾਨ ਤੋਂ ਆਈ ਸਿੱਖ ਸ਼ਰਧਾਲੂਆਂ ਦੀ ਇੱਕ ਵੱਡੀ ਖਬਰ। ਕੋਰੋਨਾ ਦੇ ਖਤਰੇ ਨੂੰ ਧਿਆਨ 'ਚ ਰੱਖਦਿਆਂ ਪਾਕਿਸਤਾਨ ਸਰਕਾਰ ਨੇ 14 ਅਪ੍ਰੈਲ ਨੂੰ ਪੰਜਾਬ ਸਾਹਿਬ 'ਚ ਹੋਣ ਵਾਲੇ ਵਿਸਾਖੀ ਦੇ ਜਸ਼ਨਾਂ ਨੂੰ ਕੀਤਾ ਹੈ ਰੱਦ। ਪਾਕਿਸਤਾਨ 'ਚ ਵੀ 3000 ਤੋਂ ਪਾਰ ਹੋ ਚੁੱਕੀ ਹੈ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ। ਕੋਰੋਨਾ ਤੇ ਕਰਫਿਊ ਦੇ ਵਿਚਾਲੇ ਬਠਿੰਡਾ ਤੋਂ ਆਈ ਵੱਡੀ ਖਬਰ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਨਰਸਾਂ ਨੂੰ ਗਾਰਡ ਆਫ ਆਨਰ ਦੇ ਕੇ ਕੀਤਾ ਸਨਮਾਨਿਤ, ਜਦਕਿ ਸਨਮਾਨ ਦੇ ਵਿਚਾਲੇ ਹੀ ਹਸਪਤਾਲ ਦੇ ਸਟਾਫ ਨੇ ਸਨਮਾਨ ਦੀ ਘਾਟ ਹੋਣ ਦਾ ਵੀ ਮੰਤਰੀ ਦੇ ਸਾਹਮਣੇ ਹੀ ਜਤਾਇਆ ਇਤਰਾਜ਼। MRP ਤੋਂ ਵੱਧ ਕੀਮਤ ਤੇ ਵਸਤਾਂ ਵੇਚਣ ਵਾਲੇ ਨੂੰ ਲੱਗੇਗਾ ਹੁਣ ਲੱਖਾਂ ਦਾ ਜੁਰਮਾਨਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਮ੍ਹਾਂਖੋਰੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ। ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਕਰਨ ਲਈ ਸੂਬਾ ਸਰਕਾਰ ਨੇ ਟਰਾਂਸਪੋਰਟ ਕੰਟਰੋਲ ਰੂਮ ਕੀਤੇ ਹਨ ਸਥਾਪਿਤ। ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਮਦਦ ਲਈ ਅੱਗੇ ਆਏ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ। 1 ਲੱਖ ਗਰੀਬ ਦਿਹਾੜੀ ਮਜ਼ਦੂਰਾਂ ਨੂੰ ਮਹੀਨਾਵਾਰ ਰਾਸ਼ਨ ਦੇਣ ਦੀ BigB ਨੇ ਚੁੱਕੀ ਹੈ ਜ਼ਿੰਮੇਵਾਰੀ। ਉੱਧਰ ਕ੍ਰਿਕਟ ਹਰਭਜਨ ਤੇ ਪਤਨੀ ਗੀਤਾ ਨੇ ਵੀ 5000 ਪਰਿਵਾਰਾਂ ਦਾ ਖਰਚਾ ਚੁੱਕਣ ਦਾ ਕੀਤਾ ਐਲਾਨ। ਸਾਊਦੀ ਅਰਬ 'ਚ ਸੜਕ ਹਾਦਸੇ 'ਚ ਹੋਈ ਅਜਨਾਲਾ ਦੇ ਨੌਜਵਾਨ ਦੀ ਮੌਤ। ਪਿੰਡ ਕੋਟਲੀ ਅੰਬ ਤੋਂ ਰੋਜ਼ੀ ਰੋਟੀ ਕਮਾਉਣ ਲਈ 4 ਸਾਲ ਪਹਿਲਾਂ ਗਿਆ ਸੀ ਸਾਊਦੀ ਅਰਬ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਕੋਲੋਂ ਕੀਤੀ ਹੈ ਮੰਗ। ਸੰਨ 16 ਵਿੱਚ ਗਿਆ ਸੀ, 9 ਮਹੀਨੇ ਗਿਆ ਸੀ, ਰੋਟੀ ਰੋਜੀ ਵਾਸਤੇ ਬਾਹਰ ਗਿਆ ਸੀ, ਅਤੇ ਹੁਣ ਜਿਸ ਵਾਸਤੇ ਅਸੀਂ ਆਖੀ ਜਾਂਦੇ ਹਾਂ ਵੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਡੈਡ ਬਾਡੀ ਭਾਰਤ ਲੈਂਦੀ ਹੈ। ਅਤੇ ਕਨਿਕਾ ਕਪੂਰ ਦੀ 6ਵੀਂ ਕੋਰੋਨਾ ਰਿਪੋਰਟ ਆਈ ਨੈਗੇਟਿਵ। 18 ਦਿਨਾਂ ਬਾਅਦ ਹਸਪਤਾਲ 'ਚੋਂ ਮਿਲੀ ਹੈ ਕਨਿਕਾ ਨੂੰ ਛੁੱਟੀ। 20 ਮਾਰਚ ਨੂੰ ਕੋਰੋਨਾ ਦੀ ਲਾਗ ਪੋਜ਼ਿਟਿਵ ਆਉਣ ਤੋਂ ਬਾਅਦ ਲਖਨਊ ਦੇ PGI ਵਿਖੇ ਚੱਲ ਰਿਹਾ ਸੀ ਕਨਿਕਾ ਕਪੂਰ ਦਾ ਇਲਾਜ।